ਅਸਲਾਮੁਅਲੈਕੁਮ ਜੀ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। ਵਾਟਸ ਦਾ ਰਣਜੀਤ ਨਿਗਾਰਾ? ਰਣਜੀਤ ਨਿਗਾਰਾ ਇਜ਼ ਦਾ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਮੰਟੀਕਾ ਸਿਟੀ ਕੈਲੀਫੋਰਨੀਆ ਸਟੇਟ ਤੋਂ, ਔਰ ਸਾਡੇ ਹੈੱਡ ਨੇ ਸਤਪ੍ਰੀਤ ਸਿੰਘ ਜੀ, ਜੋ ਕਿ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਰੀਸਟੋਰੇਸ਼ਨ ਦਾ ਕੰਮ ਕਰਵਾ ਰਹੇ ਨੇ। ਇੱਕ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ, ਜਿੱਦਾਂ ਆਪਾਂ ਕਹਿ ਲਓ ਤੁਸੀਂ ਕਿ ਬਹੁਤ ਜ਼ਿਆਦਾ ਸਾਰੀਆਂ ਸੰਸਥਾਵਾਂ ਜਾਂ ਐਨ ਜੀ ਓਜ਼ ਕੰਮ ਕਰਦੀਆਂ ਨੇ ਕਦੇ ਵਾਸਤੇ ਕਿ ਇਤਿਹਾਸ ਨੂੰ ਬਚਾਉਣ ਵਾਸਤੇ, ਹਿਸਟਰੀ ਨੂੰ ਬਚਾਉਣ ਵਾਸਤੇ, ਜਿੱਦਾਂ ਯੂਨੈਸਕੋ ਦੇ ਬਹੁਤ ਜ਼ਿਆਦਾ ਸਾਰੇ ਪ੍ਰੋਜੈਕਟ ਨੇ। ਇਸੇ ਤਰ੍ਹਾਂ ਹੀ ਰਣਜੀਤ ਨਿਗਾਰਾ USA ਤੋਂ ਬਹੁਤ ਤੇਜ਼ੀ ਨਾਲ ਵੱਧਦੀ ਹੋਈ ਇੱਕ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ ਕਿ ਤੁਹਾਨੂੰ ਮੈਂ ਤਮਾਮ ਪੰਜਾਬੀ ਸੰਗਤ ਨੂੰ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਜਲਦੀ ਜਿਹੜੀ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆ ਰਹੀ ਹੈ, ਜੋ ਕਿ ਰਣਜੀਤ ਨਿਗਾਰਾ ਦੇ ਹੈੱਡ ਸਤਪ੍ਰੀਤ ਸਿੰਘ ਜੀ ਜਿਹੜੇ ਨੇ ਔਰਗਨਾਈਜ਼ ਕਰ ਰਹੇ ਨੇ। ਉਸ ਤੋਂ ਬਾਅਦ ਕਹਿ ਲਓ ਤੁਸੀਂ ਕਿ ਰਣਜੀਤ ਨਿਗਾਰਾ ਵੈਬ TV ਜਿਹੜਾ ਉਹ ਸ਼ੁਰੂ ਹੋ ਰਿਹਾ, ਠੀਕ ਹੈ ਜੀ। ਇਸ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਦਾ ਸਾਥ ਹੋਏਗਾ, ਆਪ ਸੰਗਤਾਂ ਜਿਹੜੀਆਂ ਨੇ ਉਹ ਸਾਥ ਦੇਣਗੀਆਂ, ਅਤੇ ਹੋਰ ਵੀ ਕੰਮ ਜਿਹੜੇ ਨੇ ਵੱਡੇ ਪੱਧਰ 'ਤੇ ਹੋਣਗੇ। ਅਤੇ ਆਉਂਦੇ ਹਾਂ ਜੀ ਅੱਜ ਦੇ ਮੁੱਦੇ 'ਤੇ, ਅਸੀਂ ਕਿ ਵੀ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਅੱਜ ਪਹੁੰਚੇ ਹੋਏ ਹਾਂ। ਜੀ ਹਾਂ ਜੀ, ਅਸੀਂ ਅੱਜ ਪਹੁੰਚੇ ਹੋਏ ਹਾਂ ਐਂਸ਼ੀਅੰਟ ਟਰੈਕ ਆਫ ਦੀ GT ਰੋਡ ਦੇ ਉੱਤੇ, ਗ੍ਰੈਂਡ ਟਰੰਕ ਰੋਡ ਦੇ ਉੱਤੇ, ਜਿਹੜਾ ਕਿ ਸ਼ੇਰਸ਼ਾਹ ਸੂਰੀ ਨੇ ਬਣਵਾਇਆ ਸੀ। ਸਾਡੇ ਸੱਜੇ ਪਾਸੇ ਜਿਹੜਾ ਅਗਰ ਤੁਸੀਂ ਦੇਖੋ ਤਾਂ ਬਣਾਇਆ ਹੋਇਆ ਕਿਲ੍ਹਾ ਹੈ ਜਿਹੜਾ ਸ਼ੇਰਸ਼ਾਹ ਸੂਰੀ ਦਾ, ਜਿਹਨੂੰ ਕਿ ਰੋਹਤਾਸ ਫੋਰਟ ਕਹਿੰਦੇ ਹਾਂ, ਠੀਕ ਹੈ ਜੀ। ਰੋਹਤਾਸ ਫੋਰਟ ਦੇ ਨੌਰਥ ਵਾਲੇ ਪਾਸੇ ਅਸੀਂ ਖਲੋਤੇ ਹੋਏ ਹਾਂ, ਔਰ ਇੱਥੋਂ ਕਦੀ ਰਾਜੇ ਮਹਾਰਾਜੇ ਬਾਦਸ਼ਾਹ ਸਾਧੂ ਸੰਤ ਫਕੀਰ ਜਿਹੜੇ ਨੌਰਥ ਨੂੰ ਜਾਂਦੇ ਸਨ, ਟਿੱਲਾ ਜੋਗੀਆਂ ਨੂੰ ਜਾਂਦੇ ਸਨ, ਰਾਵਲਪਿੰਡੀ ਨੂੰ ਜਾਂਦੇ ਸਨ, ਪਿਸ਼ਾਵਰ ਨੂੰ ਜਾਂਦੇ ਸਨ, ਔਰ ਕਾਬਲ ਤੱਕ ਜਾਂਦੇ ਸਨ, ਉਹ ਸਾਰੇ ਵਿਦਵਾਨ ਜਿਹੜੇ ਸੀ ਇਸੇ ਰਸਤੇ ਤੋਂ ਜਾਂਦੇ ਹੁੰਦੇ ਸਨ, ਜਿਹਨੂੰ ਕਿ ਰੀਸਟੋਰ ਕਰਵਾਉਣ ਵਾਸਤੇ ਰਣਜੀਤ ਨਿਗਾਰਾ ਇੰਨੇ ਬੇੜਾ ਚੁੱਕਿਆ। ਔਰ ਇਹੀ ਰਾਹ ਜਿਹੜਾ ਸੀ ਉਹ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਟੱਚ ਕਰਦਾ ਸੀ। ਅਤੇ ਅਸੀਂ ਤੁਹਾਨੂੰ ਡੇਢ ਇੱਕ ਵੀਕ ਪਹਿਲੇ ਤੁਹਾਨੂੰ ਅਸੀਂ ਇੱਕ ਰਿਪੋਰਟ ਦਿਖਾਈ ਸੀ ਜਿਹਦੇ ਵਿੱਚ ਇੱਥੇ ਡੋਜ਼ਰ ਲੱਗਾ ਹੋਇਆ, ਜਿਸ ਜਗ੍ਹਾ 'ਤੇ ਇੱਥੇ ਤੱਕ ਹੀ ਕੰਮ ਹੋਇਆ ਸੀ, ਇੱਥੋਂ ਅੱਗੇ ਨਹੀਂ ਸੀ ਹੋਇਆ। ਉਹ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਕਿ ਅਗਲਾ ਜਿਹੜਾ ਏਰੀਆ ਹੈ ਉਹ ਕਾਫੀ ਕਹਿ ਲਓ ਕਿ ਕੱਟ ਵਰਕ ਹੈ, ਜ਼ਮੀਨ ਦਾ ਲੈਂਡ ਜਿਹੜੀ ਹੈ ਉਹ ਲੈਵਲ ਨਹੀਂ ਹੈਗੀ, ਉਹਦੇ ਕੰਟੂਰਸ ਬਣਨੇ ਨੇ ਜਿਹੜੇ ਨੇ ਮੋੜ ਬਣਨੇ ਨੇ, ਅਤੇ ਉਹ ਕਾਫੀ ਡਿਫਿਕਲਟੀ ਆ ਰਹੀ ਹੈ। ਆਪਣੀ ਸਾਡੀ ਮਸ਼ੀਨ ਲੱਗੀ ਹੋਈ ਹੈ ਜਿਹੜੇ ਜਿਨ੍ਹਾਂ ਨੇ ਲੈਵਲ ਕਰਨਾ, ਜਿਹੜੇ ਰੋਡ ਕੰਸਟਰਕਸ਼ਨ ਜਿਹੜੇ ਕਰਦੇ ਨੇ ਉਹਦੀ ਬੇਸ ਤਾਂ ਹੀ ਹੁੰਦੀ ਹੈ ਕਿ ਜਦੋਂ ਤੁਸੀਂ ਪਹਿਲੇ ਕੱਚਾ ਰਾਹ ਜਿਹੜਾ ਤਿਆਰ ਕਰਦੇ ਹੋ, ਫਿਰ ਇਹ ਉੱਤੇ ਉਹਦੇ ਉੱਤੇ ਜਿਹੜੀ ਹੈ ਉਹ ਰੋੜੀ ਵਗੈਰਾ ਪੈ ਕੇ, ਬਜਰੀ ਪੈ ਕੇ, ਫਿਰ ਕੋਲਤਾਰ ਪੈ ਕੇ, ਅਤੇ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਰੋਡ ਬਣਦਾ ਹੈ। ਚੱਲਦੇ ਹਾਂ ਅਸੀਂ ਅੱਗੇ ਅਤੇ ਦੇਖਦੇ ਹਾਂ ਕਿ ਸਾਡਾ ਜਿਹੜਾ ਸਟੈਪ ਹੈ, ਅਗਲਾ ਸਟੈਪ ਕੀ ਚੱਲ ਰਿਹਾ। ਪਲੀਜ਼ ਜੀ, ਤੁਸੀਂ ਕੈਮਰੇ ਦੀ ਨਜ਼ਰ ਨਾਲ ਉਸੇ ਹੀ ਐਂਸ਼ੀਅੰਟ GT ਰੋਡ ਨੂੰ ਦੇਖ ਰਹੇ ਹੋ, ਜੋ ਕਿ ਸ਼ੇਰਸ਼ਾਹ ਸੂਰੀ ਦੇ ਦੌਰ ਦੇ ਵਿੱਚ ਬਣਿਆ ਹੋਇਆ ਸੀ। ਪ੍ਰਜ਼ਰਵ ਆ ਰਹੀ ਹੈ ਰਣਜੀਤ ਨਿਗਾਰਾ, ਤਾਂ ਕਿ ਉੱਥੋਂ ਸੰਗਤਾਂ ਨੇ ਉਹ ਵੱਡੀਆਂ ਗੱਡੀਆਂ ਬਹਿ ਕੇ ਜਦੋਂ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਗੁਰਦੁਆਰਾ ਪੰਜਾ ਸਾਹਿਬ ਦੇ ਲਾਹੌਰ ਤੋਂ, ਅਤੇ ਰਸਤੇ ਦੇ ਵਿੱਚ GT ਰੋਡ ਦੇ ਉੱਤੇ ਅਗਰ ਰਵੇ 'ਤੇ ਨਹੀਂ, ਅਗਰ ਤੁਸੀਂ ਗ੍ਰੈਂਡ ਟਰੰਕ ਰੋਡ 'ਤੇ ਆਓਗੇ ਅਤੇ ਉਸ ਜਗ੍ਹਾ 'ਤੇ ਤੁਹਾਨੂੰ ਇਹ ਰੋਡ ਜਿਹੜਾ ਉਸ ਵੇਲੇ ਤੁਹਾਡਾ ਸਵਾਗਤ ਕਰੇਗਾ, ਕਿਉਂਕਿ ਇਹ ਬੰਦ ਹੋ ਚੁੱਕਿਆ ਸੀ। ਸਦੀਆਂ ਗੁਜ਼ਰ ਚੱਲੀਆਂ ਨੇ ਜਦੋਂ ਬ੍ਰਿਟਿਸ਼ ਨੇ ਆਪਣੀ ਆਪ ਮੁਹਾਰੀ ਕੀਤੀ, ਸਾਡੇ ਪੁਰਾਣੇ ਸੱਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਇੱਕ ਜਗ੍ਹਾ ਇਹ ਵੀ ਸੀ ਜਿਹੜੀ ਕਿ ਐਂਸ਼ੀਅੰਟ ਗ੍ਰੈਂਡ ਟਰੰਕ ਰੋਡ ਦੀ ਸੀ, ਜੋ ਕਿ ਬਿਲਕੁਲ ਹੀ ਖਤਮ ਹੋ ਚੁੱਕੀ ਸੀ, ਜਿਹਦੇ ਕੋਈ ਪੱਥਰ ਵੀ ਨਹੀਂ ਸੀ ਬਚੇ। ਸੋ ਭਾਈ ਸਾਹਿਬ ਲੱਗੇ ਹੋਏ ਨੇ, ਤੁਸੀਂ ਦੇਖੋ ਕਰੇਨ ਲੱਗੀ ਹੋਈ ਹੈ, ਉਹ ਜਿੱਥੇ ਤੁਹਾਨੂੰ ਖਾਲੀ ਪੈਲੀਆਂ ਨਜ਼ਰ ਆ ਰਹੀਆਂ ਨੇ, ਫੀਲਡਸ ਨਜ਼ਰ ਆ ਰਹੇ ਨੇ, ਆਪਾਂ ਉੱਥੇ ਤੱਕ ਜਾਣਾ। ਚਲੋ ਜੀ, ਥੱਲੇ ਚੱਲਦੇ ਹਾਂ, ਅੱਗੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੀ।
ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਹੈ ਮਸ਼ੀਨ ਹੈ ਉਹ ਚੱਲ ਰਹੀ ਹੈ। ਇਸ ਤੋਂ ਪਹਿਲੇ ਇੱਕ ਭਾਈ ਸਾਹਿਬ ਸਨ, ਉਹਨਾਂ ਦੀ ਮਸ਼ੀਨ ਜਿਹੜੀ ਹੈ ਇਹ ਰੌਕ ਕੱਟ ਕਰਦੇ ਹੋਇਆ, ਦੇਖਣ ਨੂੰ ਇਹ ਸੈਂਡ ਸਟੋਨ ਹੈ ਬਟ ਇਟਸ ਵੈਰੀ ਡਿਫੀਕਲਟ, ਬਹੁਤ ਔਖਾ ਹੋ ਰਿਹਾ। ਇੱਥੇ ਇੱਕ ਮਸ਼ੀਨ ਜਿਹੜੀ ਹੈ ਆਲਰੇਡੀ ਖਰਾਬ ਵੀ ਹੋ ਚੁੱਕੀ ਹੈ। ਖਾਲੀ ਇਹ ਨਹੀਂ ਹੈ ਕਿ ਵੀ ਮਸ਼ੀਨ ਲੱਗੀ ਹੋਈ ਹੈ ਔਰ ਕੰਟੀਨਿਊਲੀ ਮਸ਼ੀਨ ਕੱਟਦੀ ਜਾ ਰਹੀ ਹੈ, ਨਹੀਂ ਇੱਦਾਂ ਨਹੀਂ ਹੈ। ਇੱਕ ਮਸ਼ੀਨ ਜਿਹੜੀ ਹੈ ਬਕਾਇਦਾ ਤੌਰ ਦੇ ਉੱਤੇ ਇੱਦਾਂ ਦੀ ਬੋਕਟ ਵਾਲੀ ਜਿਹੜੀ ਹੈ ਲੈਵਲ ਕਰਨ ਵਾਲੀ ਹੈ, ਉਹ ਖਰਾਬ ਵੀ ਹੋ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਇਹ ਸੀ ਅੱਜ ਦੀ ਅਪਡੇਟ ਕਿ ਵੀ ਜਿਹੜਾ ਰੋਡ ਹੈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਤੱਕ ਜਾਣਾ ਵਾ, ਉਹਦੀ ਜਿਹੜੀ ਨਵਾਂ ਰਾਹ ਨਿਕਲ ਰਿਹਾ, ਸਮਝ ਲਓ ਕਿ ਇੱਕ ਕਿਸਮ ਦੀ ਡੀਮਾਰਕੇਸ਼ਨ ਵੀ ਹੋ ਜਾਣੀ ਹੈ ਕਿ ਵੀ ਗੁਰਦੁਆਰਾ ਸਾਹਿਬ ਦੀ ਲੈਂਡ ਜਿਹੜੀ ਹੈ ਇਹਦੇ ਅੰਦਰ ਅੰਦਰ ਰਹਿਣੀ ਹੈ। ਇਹ ਪਹਾੜ ਤੋਂ ਅੰਦਰ ਅੰਦਰ ਅਗਰ ਤੁਸੀਂ ਦੇਖੋ ਨਾ ਰਾਈਟ ਸਾਈਡ 'ਤੇ ਦਿਖਾਓ ਜੀ, ਇਸ ਜਗ੍ਹਾ ਦੇ ਅੰਦਰ ਅੰਦਰ ਜਿਹੜੀ ਹੈ ਇਹਦੇ ਅੰਦਰ ਜਿਹੜੀ ਲੈਂਡ ਹੈ ਉਹ ਸਾਰੀ ਗੁਰਦੁਆਰਾ ਸਾਹਿਬ ਦੇ ਨਾਮ ਦੇ ਉੱਤੇ ਜਿੰਨੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਜਿਹੜੀ ਲੈਂਡ ਹੈ ਉਹ ਇਹਦੇ ਅੰਦਰ ਅੰਦਰ ਰਹਿਣੀ ਹੈ। ਰੋਡ ਤੋਂ ਇਸ ਪਾਸੇ ਪਬਲਿਕ ਐਕਸੈਸ ਜਿਹੜੀ ਹੈ ਸਿਰਫ ਇਸ ਪਾਸੇ ਰਹੇਗੀ ਜਾਂ ਰੋਡ ਤੱਕ ਰਹੇਗੀ। ਸੋ ਇਹ ਕੰਮ ਇਸ ਲਈ ਕੀਤਾ ਗਿਆ ਤਾਂ ਕਿ ਸੇਫਟੀ ਨੂੰ ਵੀ ਸੇਫਟੀ ਦਾ ਵੀ ਖਿਆਲ ਰੱਖਿਆ ਜਾਏ ਔਰ ਪਬਲਿਕ ਨੂੰ ਜਿਹੜੀ ਐਕਸੈਸ ਹੈ ਉਹ ਗੱਡੀਆਂ ਜਿਹੜੀਆਂ ਨੇ ਈਜ਼ੀ ਦੇ ਤੌਰ ਦੇ ਉੱਤੇ ਵੱਡੀਆਂ ਕੋਚਾਂ ਜਿਹੜੀਆਂ ਨੇ, ਕਿਉਂਕਿ ਜਦੋਂ ਮੇਲੇ ਸੱਜਦੇ ਨੇ ਜਾਂ ਗੁਰੂ ਪੁਰਬ ਆਉਂਦੇ ਨੇ ਅਤੇ ਉਸ ਵੇਲੇ ਸੰਗਤਾਂ ਜਦੋਂ ਨਾ ਵੱਡੇ ਪੱਧਰ 'ਤੇ ਆਉਂਦੀਆਂ ਨੇ, ਯਾਨੀ ਕਿ 10 ਗੱਡੀਆਂ ਆ ਗਈਆਂ 12 ਗੱਡੀਆਂ ਆ ਗਈਆਂ, ਤਾਂ ਉਹਨਾਂ ਗੱਡੀਆਂ ਨੂੰ ਥੱਲੇ ਤੱਕ ਲੈ ਕੇ ਆਉਣਾ ਬਹੁਤ ਔਖਾ ਹੈ। ਸੋ ਰਣਜੀਤ ਨਿਗਾਰਾ ਇਹ ਰੋਡ ਕਢਾ ਰਿਹਾ ਤਾਂ ਕਿ ਉਹ ਗੱਡੀਆਂ ਜਿਹੜੀਆਂ ਨੇ ਇਸ ਪਵਿੱਤਰ ਪਾਵਨ ਅਸਥਾਨ ਜਿਹੜਾ ਉਹਦੇ ਬਿਲਕੁਲ ਐਂਟਰੈਂਸ ਗੇਟ ਤੱਕ ਜਾ ਸਕਣ। ਤਾਂ ਸੋ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੇਖਣ ਦੇ ਵਿੱਚ ਯੂਸਫੁੱਲ ਨਹੀਂ ਲੱਗਦੀਆਂ, ਲੇਕਿਨ ਉਹਨਾਂ ਦੇ ਬਿਹਾਇੰਡ ਜਿਹੜੀਆਂ ਸਟੋਰੀਜ਼ ਹੁੰਦੀਆਂ ਨੇ ਉਹ ਬਿਲਕੁਲ ਡਿਫਰੈਂਟ ਹੁੰਦੀਆਂ ਨੇ। ਸੋ ਪਲੀਜ਼ ਸਪੋਰਟ ਟੂ ਰਣਜੀਤ ਨਿਗਾਰਾ ਔਰ ਤੁਸੀਂ ਕਿਸੇ ਕਿਸਮ ਦੀ ਸੇਵਾ ਜਿਹੜੀ ਹੈ ਔਰ ਰਣਜੀਤ ਨਿਗਾਰਾ ਦੀ ਵੈਬ ਪੇਜ ਜਾਂ ਫੇਸਬੁੱਕ ਪੇਜ ਔਰ ਯੂਟਿਊਬ ਦੇ ਉੱਤੇ ਚੱਲਦੀਆਂ ਵੀਡੀਓ ਦੇ ਥੱਲੇ ਜਿਹੜੇ ਨੇ ਉਹ ਤੁਸੀਂ ਲਿੰਕਸ ਦੇਖ ਸਕਦੇ ਹੋ, ਈਮੇਲ ਦੇਖ ਸਕਦੇ ਹੋ, ਵਟਸਐਪ ਦੇਖ ਸਕਦੇ ਹੋ। ਤੁਸੀਂ ਅਗਰ ਘਰ ਬੈਠ ਕੇ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਤੱਕ ਸ਼ੇਅਰ ਕਰੋ ਔਰ ਉਹਨਾਂ ਨੂੰ ਦੱਸੋ ਕਿ ਵੀ ਜਿਹੜੀ ਰੀਸਟੋਰੇਸ਼ਨ ਦਾ ਕੰਮ ਹੈ ਉਹਦੇ ਨਾਲ ਨਾਲ ਜਿਹੜੇ ਇੰਟਰੀ ਵਾਲੇ ਰਾਹ ਨੇ ਉਹਨਾਂ ਨੂੰ ਵੀ ਠੀਕ ਕਰਨਾ ਜ਼ਰੂਰੀ ਹੈ। ਰਸਤੇ, ਕੰਧਾਂ, ਬਾਉਂਡਰੀਆਂ ਇਹ ਸਾਰੇ ਕੰਮ ਵੀ ਨਾਲ ਦੀ ਨਾਲ ਚੱਲਦੇ ਹੀ ਰਹਿਣਗੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਜੀ। ਵਿਵਰਸ, ਗੁਰਪਿਆਰੀ ਸੰਗਤ ਜੀ, ਕਿ ਤੁਸੀਂ ਜਿਸ ਤਰ੍ਹਾਂ ਕਿ ਦੇਖ ਰਹੇ ਹੋ, ਕੁਛ ਦੋਸਤ ਪੁੱਛ ਰਹੇ ਸਨ ਕਿ ਇਹ ਨਵਾਂ ਰੋਡ ਕਿਸ ਤਰ੍ਹਾਂ ਗੁਰੂ ਘਰ ਦੇ ਨਾਲ ਮਿਲਾਇਆ ਜਾਏਗਾ, ਕਿਆ ਇੱਕ ਇਹ ਜੋਕ ਹੈ ਜਾਂ ਇੱਕ ਮਜ਼ਾਕ ਕੀਤਾ ਜਾ ਰਿਹਾ, ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ। ਬਕਾਇਦਾ ਤੌਰ 'ਤੇ ਜਿੱਦਾਂ ਪਹਿਲੇ ਰਣਜੀਤ ਨਿਗਾਰਾ ਨੇ ਜਿੰਨੇ ਵੀ ਗੱਲ ਕੀਤੀ ਹੈ ਉਹਨੂੰ ਪੂਰਾ ਕੀਤਾ ਹੈ ਔਰ ਇਹ ਵੀ ਇਸੇ ਤਰ੍ਹਾਂ ਹੀ ਮੁਕੰਮਲ ਹੋਏਗਾ ਰੋਡ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦਿਖਾ ਕੇ ਲੈ ਕੇ ਆ ਰਹੇ ਹਾਂ। ਜਦੋਂ ਤੁਸੀਂ ਉੱਤੋਂ ਦਿਖਾਇਆ ਤੁਹਾਨੂੰ ਅਤੇ ਉਹ ਜਿਹੜਾ ਪਹਿਲਾ ਜਿਹੜਾ ਟਰੈਕ ਸੀ ਉਹ ਇੱਥੋਂ ਹੀ ਆਉਂਦਾ ਹੁੰਦਾ ਸੀ, ਇਹ ਜਿਹੜਾ ਰਸਤਾ ਸੀ ਜਿਹਦੇ 'ਤੇ ਅਸੀਂ ਖਲੋਤੇ ਹੋਏ ਹਾਂ। ਜਿਹੜਾ ਨਿਊ ਹੈ ਰਸਤਾ ਉਹ ਇਹ ਵਾਲਾ ਚੱਲ ਰਿਹਾ ਨਾਲ ਨਾਲ, ਇਹ ਉੱਤੇ ਤੁਸੀਂ ਦੇਖੋ ਜਿਹਦੇ ਤੋਂ ਆਪਾਂ ਰੋਜ਼ ਡੇਲੀ ਆਉਂਦੇ ਹਾਂ, ਇਹ ਉੱਤੇ ਵਾਲਾ ਰੋਡ ਹੈ। ਔਰ ਬੈਕ ਸਾਈਡ 'ਤੇ ਤੁਸੀਂ ਦੇਖੋ ਅਤੇ ਤੁਹਾਨੂੰ ਗੁਰੂ ਘਰ ਨਜ਼ਰ ਆਏਗਾ ਕਿ ਬੈਕ ਸਾਈਡ ਦੇ ਉੱਤੇ ਗੁਰੂ ਘਰ ਹੈ ਔਰ ਉਹ ਉੱਤੇ ਤੁਸੀਂ ਦੇਖੋ ਅਤੇ ਤਲਾਕੀ ਗੇਟ ਹੈ ਰੋਹਤਾਸ ਫੋਰਟ ਦਾ ਔਰ ਆਪਣੀ ਤੁਸੀਂ ਦੇਖ ਸਕਦੇ ਹੋ ਕਿ ਟੋਪ ਫਲੋਰ ਦੇ ਉੱਤੇ ਜਿਹੜੀ ਹੈ ਸੇਵਾ ਸ਼ੁਰੂ ਹੋ ਚੁੱਕੀ ਹੈ। ਅਤੇ ਦੱਸਣ ਦਾ ਮਕਸਦ ਇਹ ਸੀਗਾ ਕਿ ਜਿਹੜਾ ਰੋਡ ਹੈ ਉਹ ਇਸ ਪਾਸੋਂ ਖਤਮ ਕਰਕੇ ਇਹ ਰੋਡ ਜਿਹੜਾ ਖਤਮ ਹੋ ਜਾਏਗਾ ਔਰ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਗੁਰੂ ਘਰ ਦੀ ਬਾਉਂਡਰੀ ਕਿੱਥੇ ਹੋਏਗੀ। ਗੁਰੂ ਘਰ ਦੀ ਦੀਵਾਰ ਜਿਹੜੀ ਲੱਗਣੀ ਹੈ ਉਹ ਇਸ ਜਗ੍ਹਾ 'ਤੇ ਲੱਗਣੀ ਹੈ। ਇਹ ਸਾਰੀ ਲੈਂਡ ਜਿਹੜੀ ਪਹਿਲੇ ਆਲਰੇਡੀ ਚੱਲ ਰਹੀ ਸੀ ਇਹ ਗੁਰੂ ਘਰ ਦੀ ਹੈ, ਇਸ ਜਗ੍ਹਾ ਦੇ ਉੱਤੇ ਦੀਵਾਰ ਲੱਗ ਜਾਣੀ ਹੈ, ਠੀਕ ਹੈ ਜੀ। ਇਹਦੇ ਤੋਂ ਅੱਗੇ ਵੀ ਗੁਰੂ ਘਰ ਦੀ ਜਗ੍ਹਾ, ਉੱਥੇ ਪਬਲਿਕ ਐਕਸੈਸ ਰੋਡ ਜਿਹੜਾ ਉਹ ਬਣਾਇਆ ਜਾਏਗਾ, ਕਿਉਂਕਿ ਆਮ ਪਬਲਿਕ ਜਿੱਥੋਂ ਆਏ ਜਾਏਗੀ ਇਹਦੇ ਤੋਂ ਥੱਲੇ ਰੋਡ ਉਹ ਹੋਏਗਾ। ਇਹ ਵਾਲਾ ਜਿਹੜਾ ਹੋਏਗਾ ਉਹ ਸਿਰਫ ਗੁਰੂ ਘਰ ਦੀ ਐਕਸੈਸ ਹੋਏਗੀ ਔਰ ਇੱਥੇ ਬਾਉਂਡਰੀ ਲੱਗ ਜਾਏਗੀ, ਘੱਟੋ ਘੱਟ 10-10 ਫੁੱਟ ਦੀਵਾਰ ਲੱਗੇਗੀ ਤਾਂ ਕਿ ਸਕਿਉਰਿਟੀ ਪਰਪਸ ਵੀ ਔਰ ਨਾਲ ਦੀ ਨਾਲ ਹੀ ਡੀਮਾਰਕੇਸ਼ਨ ਆਫ ਦੀ ਲੈਂਡ ਆਫ ਗੁਰਦੁਆਰਾ ਸਾਹਿਬ ਜਿਹੜੀ ਹੈ ਉਹ ਆਏਗੀ ਤੁਹਾਡੇ ਸਾਹਮਣੇ। ਤਾਂ ਸੋ ਅਗਰ ਤੁਸੀਂ ਇਸ ਟਰੈਕ ਤੋਂ ਹੀ ਅੱਗੇ ਤੁਸੀਂ ਚੱਲਦੇ ਜਾਓ ਅਤੇ ਉਹ ਤੁਹਾਨੂੰ ਦੂਰ ਇੱਕ ਮਕਬਰਾ ਨਜ਼ਰ ਆਉਂਦਾ ਹੈ, ਉਹ ਹੈ ਸ਼ੇਰਸ਼ਾਹ ਸੂਰੀ ਦੀ ਜਿਹੜੀ ਭੈਣ ਸੀ ਖੈਰਨ ਨਸਾ, ਉਹ ਪਹਿਲੇ ਇੱਥੇ ਬਰੀ ਕੀਤੀ ਗਈ ਸੀ ਲੇਕਿਨ ਫਿਰ ਉਹਨੂੰ ਇਹਦੀ ਡੈੱਡ ਬੋਡੀ ਜਿਹੜੀ ਹੈ
ਉਹਦੇ ਰਿਮੇਨਸ ਜਿਹੜੇ ਨੇ ਉਹ ਇੰਡੀਆ ਵਿੱਚ ਲੈ ਕੇ ਗਏ ਔਰ ਸੈਂਟਰਲ ਹਿੰਦੁਸਤਾਨ 'ਚ ਜਾ ਕੇ ਉਹਨੂੰ ਦੁਬਾਰਾ ਉੱਥੇ ਉਹਦਾ ਟੋਂਬ ਬਣਾਇਆ। ਅਤੇ ਇਹ ਵਾਹਿਦ ਲੇਡੀ ਹੈ ਜਿਹਦੇ ਦੋ ਟੋਂਬ ਨੇ, ਇੱਕ ਟੋਂਬ ਇੱਥੇ ਹੈ ਅਤੇ ਇੱਕ ਟੋਂਬ ਜਿਹੜਾ ਉਹਦਾ ਉਹ ਹਿੰਦੁਸਤਾਨ ਦੇ ਵਿੱਚ ਮੌਜੂਦ ਹੈ ਇਸ ਵੇਲੇ। ਅਤੇ ਗੁਰਪਿਆਰੇ ਜੀ, ਸੰਗਤ ਜੀ, ਹੁਣ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਇਹ ਜਿਹੜਾ ਪਹਿਲੇ ਟਰੈਕ ਚੱਲ ਰਿਹਾ ਇਹ ਹੁਣ ਦਾ ਹੈ, ਲੇਕਿਨ ਇਹ ਵਾਲਾ ਜਿਹੜਾ ਟਰੈਕ ਹੈ ਐਂਸ਼ੰਟ ਹੈ, ਇਹ ਜਾ ਕੇ ਇਸ ਤਰ੍ਹਾਂ ਕਰਕੇ ਉੱਤੇ ਮਿਲ ਜਾਏਗਾ। ਚੱਲਦੇ ਹਾਂ ਅੱਗੇ ਅਸੀਂ ਕਿ ਇੱਥੇ ਕਿੰਨਾ ਕੁ ਵਰਕ ਹੋ ਚੁੱਕਿਆ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਜੀ, ਤੁਸੀਂ ਦੇਖੋ ਕਿੰਨਾ ਚੌੜਾ, ਇੱਥੋਂ ਸਿਰਫ ਇੱਕ ਗੱਡੀ ਲੰਘ ਸਕਦੀ ਸੀ, ਹੁਣ ਅਗਰ ਤੁਸੀਂ ਦੇਖੋ ਤਾਂ ਵੱਡੀਆਂ ਦੋ ਕੋਚਾਂ ਲੰਘ ਸਕਦੀਆਂ ਨੇ। ਇੰਨਾ ਖੁੱਲ੍ਹਾ ਰੋਡ ਹੈ ਕਿ ਅਗਰ ਕਿਸੇ ਨੇ ਕ੍ਰੋਸ ਕਰਨਾ ਹੋਵੇ ਕਿਸੇ ਨੂੰ ਜਾਂ ਬਾਈਪਾਸ ਕਰਨਾ ਹੋਵੇ ਤਾਂ ਉਹ ਵੀ ਓਵਰਟੇਕ ਸੋਰੀ ਕਰਨਾ ਹੋਵੇ ਤਾਂ ਉਹ ਵੀ ਆਰਾਮ ਨਾਲ ਓਵਰਟੇਕ ਕਰ ਸਕਦਾ ਹੈ। ਅਤੇ ਇਹ ਸਾਰਾ ਕੁਛ ਕੌਣ ਕਰਵਾ ਰਿਹਾ ਹੈ ਜੀ? ਰਣਜੀਤ ਨਿਗਾਰਾ ਕਰਵਾ ਰਿਹਾ ਹੈ। ਰਣਜੀਤ ਨਿਗਾਰਾ ਕੀ ਹੈ? ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ ਜੀ, ਮੰਟੇਗਾ ਸਿਟੀ, ਕੈਲੀਫੋਰਨੀਆ ਸਟੇਟ, USA ਦੀ। ਇਹ ਰੋਡ ਇੱਥੋਂ ਆ ਕੇ ਤੁਹਾਨੂੰ ਜਿਹੜਾ ਅਸੀਂ ਉੱਤੋਂ ਦਿਖਾਇਆ ਹੈ ਉਹ ਇੱਥੋਂ ਆ ਕੇ ਲਿਥਣਾ ਹੈ, ਠੀਕ ਹੈ ਜੀ? ਸਾਡੇ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾ ਰਹੇ ਨੇ ਇਹ ਜਗ੍ਹਾ ਦੇ ਉੱਤੇ, ਬਹੁਤ ਔਖਾ ਕੰਮ ਹੈ, ਨੋਟ ਈਜ਼ੀ ਟਾਸਕ, ਬਹੁਤ ਔਖੇ ਔਖੇ ਟਾਸਕ ਜਿਹੜੇ ਨੇ ਰਣਜੀਤ ਨਿਗਾਰਾ ਨੇ ਚੁਣੇ ਨੇ, ਅਤੇ ਰੱਬ ਆਪਣੀ ਰਹਿਮਤ ਰੱਖੇ, ਆਪਣੀ ਮਿਹਰ ਰੱਖੇ ਔਰ ਇਹਨਾਂ ਬਖਸ਼ੇ। ਇਹੀ ਕਹਿ ਸਕਦੇ ਹਾਂ ਬੀਂਗ ਏ ਹਿਸਟੋਰੀਅਨ, ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਦੋਂ ਕੋਈ ਬੰਦਾ ਤਾਰੀਖ ਦੇ ਪੰਨਿਆਂ ਨੂੰ ਸੇਵ ਕਰਨ ਦੀ ਗੱਲ ਕਰਦਾ ਹੈ ਜਾਂ ਉਹਨਾਂ ਨੂੰ ਰੀਸਟੋਰ ਕਰਨ ਦੀ ਗੱਲ ਕਰਦਾ ਹੈ। ਹੁਣ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਇਸ਼ੂ ਹੈ ਉਹ 3 ਰੇਨੀ ਸਟ੍ਰੀਮਸ ਨੇ ਜਿਹੜੀਆਂ ਕਿ ਕਿਲੇ ਵਿੱਚੋਂ ਨਿਕਲ ਕੇ ਇੱਥੇ ਪੈਂਦੀਆਂ ਨੇ, ਜਿਹਦੀ ਵਜ੍ਹਾ ਨਾਲ ਪਾੜਾ ਪੈਂਦਾ। ਤੁਸੀਂ ਦੇਖੋ ਉਹ ਉੱਤੇ ਇੱਕ ਫਲੈਗ ਹੈ ਉਹ ਲੱਗਿਆ ਹੋਇਆ, ਇੱਕ ਰੱਬ ਦੇ ਬੰਦੇ ਦੀ ਇੱਕ ਕਹਿ ਲਓ ਤੁਸੀਂ ਕਿ ਮਜ਼ਾਰ ਹੈ ਛੋਟੀ ਜਿੰਨੀ, ਆਪਾਂ ਉੱਤੋਂ ਤੁਹਾਨੂੰ ਦਿਖਾ ਕੇ ਲਿਆਏ ਹਾਂ। ਆਹ ਦੇਖ ਸਕਦੇ ਹੋ ਤੁਸੀਂ ਰੋਡ ਕਾਫੀ ਹੱਦ ਤੱਕ ਜਿਹੜਾ ਉਹ ਸਧਾਈ ਵਿੱਚ ਆ ਰਿਹਾ, ਬਟ ਹਲੇ ਵੀ ਘੱਟੋ ਘੱਟ 15 ਦਿਨ ਲੱਗ ਜਾਣੇ ਨੇ ਇਹਨੂੰ, ਇਹਦਾ ਲੈਵਲ ਬਣਾਉਂਦਿਆਂ ਹੋਇਆਂ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ 100 ਫੁੱਟ ਤੋਂ ਉੱਤੇ ਇਸ ਵੇਲੇ ਸਾਡੀ ਮਸ਼ੀਨ ਜਿਹੜੀ ਹੈ ਉਹ ਵਰਕ ਕਰ ਰਹੀ ਹੈ। ਫਟਾਫਟ ਭੱਜ ਕੇ ਆਏ ਹਾਂ ਛੇਤੀ ਛੇਤੀ ਅਤੇ ਸਾਹ ਵੀ ਫੁੱਲ ਗਿਆ ਜੀ। ਅਤੇ ਇਹ ਐਂਸ਼ੰਟ ਗ੍ਰੈਂਡ ਟਰੰਕ ਰੋਡ ਹੈ ਜੀ, ਜਿਹਨੂੰ ਕਿ ਜੋੜਿਆ ਜਾ ਰਿਹਾ ਹੈ ਗੁਰੂ ਘਰ ਦੇ ਨਾਲ, ਔਰ ਉਸ ਤੋਂ ਬਾਅਦ ਸਰਾਏ ਰਾਜੂ ਦੇ ਨਾਲ ਜਾ ਕੇ ਮਿਲ ਜਾਂਦਾ ਇਹ ਜਗ੍ਹਾ। ਅੱਗੇ ਜਾਓ ਜੀ, ਜ਼ਰਾ ਦਿਖਾ ਕੇ ਆਓ। ਹਾਂਜੀ ਜੀ, ਉਸ ਪੁਆਇੰਟ ਤੱਕ ਸਾਡੇ ਭਾਈ ਸਾਹਿਬ ਕੈਮਰਾਮੈਨ ਜਾ ਰਹੇ ਨੇ ਉੱਥੇ ਅੱਗੇ, ਔਰ ਦਿਖਾਉਂਦੇ ਹੋਏ ਕਿ ਵੀ ਉਹ ਦੇਖੋ ਅਗਰ ਤੁਸੀਂ ਤਾਂ ਸਾਡੀ ਜਿਹੜੀ ਮਸ਼ੀਨ ਹੈ ਉਹ ਲੱਗੀ ਪਈ ਹੈ ਉੱਤੇ। ਪਹਿਲੇ ਅਸੀਂ ਉੱਤੋਂ ਦੀ ਗਏ ਹਾਂ, ਹੁਣ ਉੱਤੋਂ ਦੀ ਵਲੇਵਾਂ ਕਰਕੇ ਆਏ ਹਾਂ ਕੋਈ 2 ਕਿਲੋਮੀਟਰ ਦਾ। ਲਓ ਜੀ, ਭਾਈ ਸਾਹਿਬ ਸਾਡੇ ਜਿਹੜੇ ਨੇ
ਤੁਸੀਂ ਦੇਖ ਲਿਆ ਕਿ ਪਹੁੰਚ ਚੁੱਕੇ ਨੇ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਆਪਾਂ ਟੌਪ ਪੁਆਇੰਟ ਔਰ ਗਰਾਊਂਡ ਪੁਆਇੰਟ ਨਾਲ ਦੀ ਨਾਲ ਮੇਰਾ ਬੇਟਾ ਜੀ ਮੀਆਂ ਮੁਹੰਮਦ ਅਹਿਮਦ ਵੀ ਮੇਰੇ ਨਾਲ ਫੋਟੋਗ੍ਰਾਫੀ ਵੀ ਕਰਦਾ ਹੈਲਪ ਵੀ ਕਰਦਾ ਮਸ਼ੀਨਰੀ ਮੈਕਨਿਜ਼ਮ ਨੂੰ ਨਾਲ ਪ੍ਰੋਪਰ ਕਹਿ ਲਵੋ ਤੁਸੀਂ ਮੇਨਟੇਨ ਕਰਨ ਵਾਸਤੇ ਬਹੁਤ ਨੇੜੇ ਪਹੁੰਚ ਗਏ ਹਾਂ ਜੀ ਕਿਉਂਕਿ ਹਲੇ ਕਾਰ ਦੀ ਐਕਸੈਸ ਨਹੀਂ ਹੈਗੀ ਇੱਥੇ ਸੋ ਇਹ ਰਸਤਾ ਬਣ ਰਿਹਾ ਲਓ ਜੀ ਅਸੀਂ ਉੱਥੇ ਪਹੁੰਚ ਗਏ ਹਾਂ ਐਟਲੀਸਟ ਪਹਿਲੇ ਅਸੀਂ ਤੁਹਾਨੂੰ ਉੱਤੋਂ ਦਿਖਾ ਕੇ ਲਿਆਏ ਹਾਂ ਹੁਣ ਆਪਾਂ ਦੇਖ ਲਓ ਲੱਗਾ ਹੋਇਆ ਇੱਥੋਂ ਵੀ ਹਲੇ ਕੋਈ 70 ਫੁੱਟ ਤੋਂ ਉੱਤੇ ਜਗ੍ਹਾ ਹਲੇ ਵੀ ਬਣਦੀ ਹੈ ਅਤੇ ਜਿਹੜੇ ਲੋਕ ਕਹਿ ਰਹੇ ਨੇ ਨਾ ਕਿ ਸੇਵਾ ਬਹੁਤ ਸਲੋਅ ਚੱਲ ਰਹੀ ਹੈ ਸ਼ਾਇਦ ਉਹਨਾਂ ਨੂੰ ਗਰਾਊਂਡ ਰਿਐਲਿਟੀਜ਼ ਦਾ ਨਹੀਂ ਪਤਾ ਕਿ ਇਹ ਰਾਹ ਕਿੰਨਾ ਔਖਾ ਹੈ ਸਦੀਆਂ ਦਾ ਬੰਦ ਰਾਹ ਦੁਬਾਰਾ ਖੋਲ੍ਹਣਾ ਸਦੀਆਂ ਦਾ ਪਿਆ ਹੋਇਆ ਗੰਦ ਸਾਫ਼ ਕਰਨਾ ਫਿਰ ਅੱਗੇ ਰੋਡ ਨੂੰ ਨਵਾਂ ਬਣਾਉਣਾ ਆਸਾਨ ਕੰਮ ਨਹੀਂ ਹੈ ਇਸੇ ਲਈ ਮੈਂ ਕਿਹਾ ਹੈ ਕਿ ਰੱਬ ਰਣਜੀਤ ਨਗਾਰਾ ਨੂੰ ਤੌਫੀਕ ਬਖਸ਼ੇ ਇਹਨਾਂ ਦੀ ਸੇਵਾ ਜਿਹੜੀ ਉਹ ਸਫਲ ਹੋਵੇ ਜਿਹੜੀ ਕਿ ਸੰਗਤ ਦੇ ਸੰਯੋਗ ਨਾਲ ਚੱਲ ਰਹੀ ਹੈ ਸੰਗਤ ਹੱਥ ਵਧਾਉਂਦੀ ਹੈ ਅਤੇ ਤਾਂ ਹੀ ਹੈ ਇੰਨੇ ਸੋਹਣੇ ਰੀਸਟੋਰੇਸ਼ਨ ਦੇ ਕੰਮ ਇੰਨੇ ਸੋਹਣੇ ਨਿਊ ਪ੍ਰੋਜੈਕਟਸ ਕੀਤੇ ਜਾਂਦੇ ਨੇ ਜਦੋਂ ਕਿ ਕਹਿ ਲਵੋ ਤੁਸੀਂ ਕਿ ਤੁਸੀਂ ਤੁਹਾਡਾ ਸੰਯੋਗ ਨਾਲ ਹੁੰਦਾ ਹੈ ਸੋ ਹੁਣ ਟਾਈਮ ਹੈ ਕਿ ਜਿਹੜਾ ਤੁਸੀਂ ਕਹਿੰਦੇ ਸੀ ਕਿ ਬਾਬਾ ਜੀ ਇਹਨਾਂ ਚੀਜ਼ਾਂ ਦੀ ਸੇਵਾ ਨਹੀਂ ਹੋ ਰਹੀ ਇਹਨਾਂ ਰੀਸਟੋਰੇਸ਼ਨ ਨਹੀਂ ਕੀਤੀ ਜਾ ਰਹੀ ਅਤੇ ਖਾਲੀ ਰੀਸਟੋਰੇਸ਼ਨ ਕਰਨ ਨਾਲ ਕੰਮ ਨਹੀਂ ਹੋਣੇ ਕੰਮ ਹੋਣੇ ਆ ਵੱਡੇ ਪੱਧਰ 'ਤੇ ਇਹਦੀ ਤਾਂ ਬਾਉਂਡਰੀ ਜਿਹੜੀ ਹੈ ਉਹ ਬਹੁਤ ਵੱਡੀ ਹੈ ਸੜਕ ਹਲੇ ਬਣ ਰਹੀ ਹੈ ਅਤੇ ਜਦੋਂ ਇਹਨੇ ਪੂਰੀ ਹੋਣਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਬਜਟ ਖਾਲੀ ਗੁਰੂ ਘਰ ਦੇ ਉੱਤੇ ਅਤੇ ਜਿਹੜਾ ਬਜਟ ਲੱਗਣਾ ਹੀ ਲੱਗਣਾ ਉੱਤੋਂ 8 ਗੁਣਾ ਬਜਟ ਜਿਹੜਾ ਇਹਦੀ ਬਾਉਂਡਰੀ ਵਾਲ ਦਾ ਔਰ ਇਹਦੇ ਰੋਡ ਕੰਸਟਰਕਸ਼ਨ ਦਾ ਇੰਨਾ ਇਹ ਔਖਾ ਕੰਮ ਹੈ ਜਿੱਦਾਂ ਕਿ ਆਪਾਂ ਤੁਹਾਨੂੰ ਉੱਤੇ ਵੀ ਦੱਸਿਆ ਕਿ ਇੱਕ ਮਸ਼ੀਨ ਜਿਹੜੀ ਹੈ ਇਹਨੂੰ ਚਲਾਉਂਦਿਆਂ ਹੋਇਆਂ ਇੱਥੇ ਕੰਮ ਕਰਦਿਆਂ ਹੋਇਆਂ ਉਹ ਖਰਾਬ ਹੋ ਗਈ ਹੈ ਇਹ ਹੁਣ ਦੂਸਰੀ ਮਸ਼ੀਨ ਆਈ ਹੈ ਅਤੇ ਬਸ ਦੁਆ ਕਰੋ ਤੁਸੀਂ ਅਰਦਾਸ ਕਰੋ ਕਿ ਕੰਮ ਇੱਦਾਂ ਇੱਦਾਂ ਚੱਲਦਾ ਰਹੇ ਸੋ ਅੱਜ ਦੀ ਗੱਲ ਦੇ ਵਿੱਚ ਇਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਕੋਈ ਵੀ ਟਾਸਕ ਹੋਵੇ ਉਹ ਇੰਨਾ ਈਜ਼ੀ ਨਹੀਂ ਹੁੰਦਾ ਲੋਕ ਮੂੰਹ ਭਰ ਕੇ ਕਹਿ ਦਿੰਦੇ ਨੇ ਕਿ ਕਿੰਨੇ ਮਹੀਨੇ ਹੋਰ ਲੱਗਣੇ ਆ ਸਾਲ ਹੋ ਗਿਆ ਕਦੀ ਇੱਥੇ ਆ ਕੇ ਵੀ ਕਿਸੇ ਨੇ ਵੇਖਿਆ ਖੁਦ ਕਦੀ ਦੇਖਿਆ ਵੀ ਹੈ ਕਿ ਕਿੰਨੇ ਘੰਟੇ ਮਸ਼ੀਨ ਦਿਨ ਦੇ ਵਿੱਚ ਚੱਲੇ ਅਤੇ ਕਿੰਨਾ ਰਾਹ ਪੁੱਟਦੀ ਹੈ ਪੱਥਰ ਕਟਾਈ ਜਿਹੜੀ ਹੈ ਮੇਰਾ ਖਿਆਲ ਹੈ 6 ਘੰਟਿਆਂ 'ਚ 4 ਫੁੱਟ ਜਗ੍ਹਾ ਵੀ ਪੱਥਰ ਦੀ ਕਟਾਈ ਨਹੀਂ ਹੁੰਦੀ ਇੰਨਾ ਔਖਾ ਕੰਮ ਹੁੰਦਾ ਕਿਉਂਕਿ ਇਹ ਸਲੋਪ ਹੈ ਭਰਾਈ ਵਾਲੀ ਜਗ੍ਹਾ ਹੈ ਮਸ਼ੀਨ ਵੀ ਕਲਟੀ ਕਰ ਸਕਦੀ ਹੈ ਠੀਕ ਹੈ ਜੀ ਮਸ਼ੀਨ ਦੇ ਪਹਿਲੀ ਮਸ਼ੀਨ ਦੇ ਦੰਦੇ ਟੁੱਟ ਗਏ ਤਾਂ ਸੋ ਪਲੀਜ਼ ਕਟੀਕ ਕਰਨ ਤੋਂ ਪਹਿਲੇ ਜਿਹੜਾ ਉਹ ਜ਼ਰੂਰ ਦੇਖ ਲਿਆ ਕਰੋ ਕਿ ਉਹ ਜਗ੍ਹਾ ਕੀ ਹੈ ਉੱਥੇ ਦੀ ਲੋਕੇਸ਼ਨ ਕੀ ਹੈ ਤੁਸੀਂ ਅਗਰ ਇਸ ਜਗ੍ਹਾ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਰੋਹਤਾਸ ਫੋਰਟ ਤੋਂ ਨੌਰਥ ਵਾਲੀ ਸਾਈਡ ਦੇ ਉੱਤੇ ਬਿਲਕੁਲ ਰਿਵਰ ਗਾਨ ਦੇ ਕੰਢੇ ਦੇ ਉੱਤੇ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਜਿੱਥੋਂ ਕਿ ਕਦੀ ਕਾਰਵਾਨਸ ਗੁਜ਼ਰਦੇ ਸਨ ਕਦੀ ਵੱਡੇ ਵੱਡੇ ਵਿਦਵਾਨ ਸਾਧੂ ਸੰਤ ਫਕੀਰ ਇੱਥੋਂ ਟਰੈਵਲ ਕਰਦੇ ਸਨ ਜਿਹੜੇ ਕਿ ਸੈਂਟਰਲ ਇੰਡੀਆ 'ਚੋਂ ਆ ਕੇ ਅਤੇ ਸੈਂਟਰਲ ਏਸ਼ੀਆ ਵਾਲੇ ਪਾਸੇ ਜਾਂਦੇ ਸਨ ਜਿਨ੍ਹਾਂ ਦੀ ਡੈਸਟੀਨੇਸ਼ਨ ਰਾਵਲਪਿੰਡੀ ਜਾਂ ਪਿਸ਼ਾਵਰ ਜਾਂ ਕਾਬੁਲ ਹੁੰਦਾ ਸੀ ਇਹ ਉਹ ਰਾਹ ਹੈ ਉਹ ਏਨਸ਼ੀਅੰਟ ਰਾਹ ਹੈ ਅਤੇ ਅਸੀਂ ਮੈਂ ਤਾਂ ਆਪਣੇ ਵੱਲੋਂ ਬੀਂਗ ਆ ਹਿਸਟੋਰੀਅਨ ਕਿ ਥੈਂਕਸ ਕਰਾਂਗਾ ਰਣਜੀਤ ਨਿਗਾਰਾ ਦਾ ਜਿਨ੍ਹਾਂ ਨੇ ਇੰਨਾ ਵੱਡਾ ਕਾਰਜ ਕੀਤਾ ਨਾ ਸਿਰਫ ਸਿੱਖ ਕੌਮ ਵਾਸਤੇ ਸਾਡਾ ਪੰਜਾਬੀ ਸੱਭਿਆਚਾਰ ਸਾਡੀ ਪੰਜਾਬੀ ਹਿਸਟਰੀ ਸਾਡੇ ਪੰਜਾਬੀ ਕਲਚਰ ਨੂੰ ਬਚਾਉਣ ਵਾਸਤੇ ਮੈਂ ਰਣਜੀਤ ਨਿਗਾਰਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ